ਜੀ ਮਿੱਤਰੋ ਕਿੱਦਾਂ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਸਾਰੇ ਉਮੀਦ ਤਾਂ ਸਾਰੇ ਚੜ੍ਹਦੀ ਕਲਾ 'ਚ ਹੋ ਗਏ ਆਪਾਂ ਵੀ ਚੜ੍ਹਦੀ ਕਲਾ 'ਚ ਹਾਂ ਅਤੇ ਜਾਈ ਜਾ ਰਹੇ ਹਾਂ ਬੀ ਸੀ ਨੂੰ ਠੀਕ ਆ ਹੁਣ ਤੁਸੀਂ ਕਹੋਗੇ ਵੀ ਬਈ ਤੂੰ ਹੁਣ ਮੈਂ ਮਤਲਬ ਵਿਨੀਪੈਗ ਟੱਪ ਆਇਆ ਵਾਂ ਬਰੈਂਟਨ ਆ ਗਿਆ ਵਿਨੀਪੈਗ ਤੋਂ ਵੀ 2 ਘੰਟੇ ਅੱਗੇ ਆ ਗਿਆ ਵੀ ਤੂੰ ਹੁਣ ਇੱਥੇ ਆ ਕੇ ਕਿਉਂ ਵਲੋਗ ਸ਼ੁਰੂ ਕੀਤਾ ਐਵੇਂ ਬਸ ਦਿਲ ਕਰ ਰਿਹਾ ਅਤੇ ਤੁਸੀਂ ਫਿਰ ਕਹੋਗੇ ਉੱਥੋਂ ਕਿਉਂ ਨਹੀਂ ਸ਼ੁਰੂ ਕੀਤਾ ਉਹ ਵੀ ਬਸ ਐਵੇਂ ਦਿਲ ਨਹੀਂ ਕੀਤਾ ਸੀ ਉੱਥੇ ਕਰਨ ਨੂੰ ਅਤੇ ਰਾਹ 'ਚ ਪਾਈ ਇੰਨੀ ਜ਼ਿਆਦਾ ਸਨੋਹ ਸੀ ਨਾ ਹੋਸਟਲ ਤੋਂ ਲੈ ਕੇ ਅਤੇ ਨਿੱਪੀਗਨ ਤੱਕ ਆਲਮੋਸਟ 3-4 ਘੰਟੇ ਲਾ ਲਓ ਪੂਰਾ ਭੰਗੜੇ ਪੈਂਦੇ ਆ ਸਨੋਹ ਦੇ ਅਤੇ ਹੁਣ ਅੱਗੇ ਵੀ ਪਿੱਛੇ ਵੀ ਸਨੋਹ ਪੈ ਰਹੀ ਸੀ ਵਿਨੀਪੈਗ ਲੰਘ ਕੇ ਕਾਫੀ ਮਤਲਬ ਅੱਧਾ ਪੌਣਾ ਘੰਟਾ ਪਾਈ ਸਨੋਹ ਅਤੇ ਆਉਂਦੇ ਹਟ ਗਈ ਹੁਣ ਮੌਸਮ ਸਾਫ਼ ਜਿਹਾ ਲੱਗਣ ਦਿਆ ਬੱਦਲ ਬੱਦਲ ਜਿਹੇ ਆ ਨਾਲੇ ਆਹ ਦੱਸੋ ਡੱਬੀ ਵਾਲਾ ਪਰਨਾ ਕਿਵੇਂ ਸੂਟ ਕਰ ਰਹੇ ਆਪਾਂ ਠੀਕ ਆ ਮੈਂ ਕਿਹਾ ਆਪਾਂ ਵੀ ਕਰੀਏ ਟਰਾਈ ਡਰਾਈਵਰ ਵਾਲਾ ਪਰਨਾ ਅਤੇ ਹੁਣ ਆਪਾਂ ਜਾਣਦੇ ਹਾਂ ਅਤੇ ਅੱਗੇ ਆਉਂਦੇ ਹਾਂ ਮੌਸਮ ਬਹੁਤ ਖਰਾਬ ਆ ਮੂਸਚਰ ਜਾ ਇੰਨਾ ਠੀਕ ਆ ਅਤੇ ਸਨੋਅ ਸਟੋਮ ਆਇਆ ਕੈਲਗਰੀ ਵੱਲ ਜਿਹੜਾ ਲਾਸਟ ਈਅਰ ਸਨੋਅ ਸਟੋਮ ਸੀ ਨਾ ਜਿਵੇਂ ਰਾਤੀ ਸਨੋਅ ਸਟੋਮ ਲੋਕ ਰਾਤੀ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾ ਰਾਤ ਰਾਤ 'ਚ ਜਾਂ ਇੱਕ ਦਿਨ 'ਚ ਲਾ ਲਓ 24 ਘੰਟਿਆਂ ਦੇ ਵਿੱਚ 88 ਐਕਸੀਡੈਂਟ ਰਿਪੋਰਟ ਹੋਏ ਸੀ 88 ਐਕਸੀਡੈਂਟਸ ਪਿਛਲੇ ਸਾਲ ਅਤੇ ਇਸ ਸਾਲ ਆਉਂਦੇ ਆ ਵੀ 500 ਐਕਸੀਡੈਂਟ ਰਿਪੋਰਟ ਹੋਇਆ ਵਾ 24 ਘੰਟਿਆਂ ਦੇ ਵਿੱਚ ਸਨੋਅ ਸਟੋਮ 'ਚ ਜਿਹੜਾ ਪਰਸੋਂ ਚੌਥਾ ਆਇਆ ਸੀ ਮੈਂ ਤਾਂ ਹੀ ਹੋਇਆ ਕਿ 2 ਛੁੱਟੀਆਂ ਲੈ ਕੇ ਤੁਰਿਆ ਮੈਨੂੰ ਡਿਸਪੈਚ ਵਾਲੇ ਫੋਨ ਫਾਨ ਕਰਦੇ ਰਹੇ ਆਪਾਂ ਨਹੀਂ ਫੋਨ ਚੱਕਿਆ ਭਾਅ ਜੀ ਆਪਾਂ ਨਹੀਂ ਲੁੱਟ ਚੱਕਿਆ ਮੈਂ ਕਿਹਾ ਮੌਸਮ ਮਾੜਾ ਜਿਹਾ ਸਹੀ ਆ ਜਾਂ ਫਿਰ ਚੱਲਦੇ ਪਹਿਲਾਂ ਪਹਿਲਾਂ ਵਿੰਟਰ ਆ ਥੋੜ੍ਹਾ ਘੱਟ ਮੌਸਮ ਖਰਾਬ ਹੋਵੇ ਉਹ 'ਚ ਜਾ ਸਕਦੇ ਹਾਂ ਜ਼ਿਆਦਾ ਮੌਸਮ ਖਰਾਬ 'ਚ ਤਾਂ ਬਹੁਤ ਡਰ ਲੱਗਦਾ ਹੀ ਆ ਠੀਕ ਆ ਅਤੇ ਹੁਣ ਅੱਗੇ ਆ ਚੱਲਦਾ ਕਿਹੜਾ ਮੌਸਮ ਲੱਗਦਾ ਬੁਰਾ ਹੀ ਆ ਹੁਣ ਆਪਾਂ ਜਾਣਦੇ ਹਾਂ ਅਤੇ ਬ੍ਰੈਂਡਨ ਟੱਪ ਚੱਲੇ ਹਾਂ ਬਸ ਅਤੇ ਕਰਦੇ ਹਾਂ ਕਿ ਗੱਲਾਂ ਬਾਤਾਂ ਅਤੇ ਮੈਂ ਪਹਿਲਾਂ ਵੀਡੀਓ ਬਣਾਈ ਸੀ ਇੱਕ ਆਪਣੀ ਹੁਣਾਂ ਦੇ ਪਰ ਉਹਦੇ ਵਿੱਚ ਆਵਾਜ਼ ਬੜੀ ਖਰਾਬ ਆ ਗਈ ਸੀ ਪਰ ਇਹ ਕੋਸ਼ਿਸ਼ ਕਰੂੰਗਾ ਵੀ ਆਹ ਵੀਡੀਓ 'ਚ ਮੈਂ ਆਵਾਜ਼ ਸਹੀ ਰੱਖ ਕੇ ਉਹ ਸਾਰੀਆਂ ਗੱਲਾਂ ਕਵਰ ਕਰਾਂ ਕਿਉਂਕਿ ਮੈਨੂੰ ਸਾਰਿਆਂ ਨੇ ਕਿਹਾ ਵੀ ਵੀਡੀਓ ਤੇਰੀ ਬੜੀ ਵਧੀਆ ਸੀ ਬਟ ਸਾਨੂੰ ਆਵਾਜ਼ ਦੀ ਪ੍ਰੋਬਲਮ ਕਰਕੇ ਸਾਡੇ ਦੀਆਂ ਗੱਲਾਂ ਸਮਝ ਹੀ ਨਹੀਂ ਲੱਗੀਆਂ ਠੀਕ ਆ ਸੋ ਆਪਾਂ ਉਹ ਸਾਰੀਆਂ ਗੱਲਾਂ ਦੁਬਾਰਾ ਕਰਾਂਗੇ ਅਤੇ ਉਮੀਦ ਕਰਦਾ ਤੁਹਾਨੂੰ ਸਾਰੀਆਂ ਗੱਲਾਂ ਸਮਝ ਲੱਗਣਗੀਆਂ ਅਤੇ ਵੀਡੀਓ ਕੰਮ ਨਹੀਂ ਹੋਊਗੀ ਅਤੇ ਆ ਜੋ ਕਰਦੇ ਹਾਂ ਸਫ਼ਰ ਕੰਟੀਨਿਊ ਬਾਣੀ ਮਤਲਬ ਬੋਲੀ ਬਦਲਦੀ ਆ ਨਾ ਉਸ ਤਰ੍ਹਾਂ ਇੱਥੇ ਕੋਹ ਕੋਹ ਦੇ ਵੈਦਰ ਬਦਲ ਜਾਂਦਾ ਵਿਨੀਪੈਗ ਤੋਂ ਨਿਕਲੇ ਹਾਂ ਮੈਨੀਟੋਬਾ ਤੋਂ ਨਿਕਲੇ ਹਾਂ ਅਤੇ ਜਮ੍ਹਾਂ ਸਾਫ਼ ਹਨ ਅਤੇ ਸਸਕੈਚੂਨ 'ਚ ਵੜਦੇ ਹੀ ਚਿੱਟੀਆਂ ਚਾਦਰ ਕਾਲੀਆਂ ਸੜਕਾਂ 'ਤੇ ਸਨੋਹ 'ਤੇ ਚਿੱਟੀਆਂ ਚਾਦਰਾਂ ਨੇ ਠੀਕ ਹੈ ਜੀ ਮੱਠੇ ਮੱਠੇ ਜਾਣਦੇ ਹਾਂ 80-85 ਦੇ ਵੈਦਰ ਇੱਥੇ 110 ਦਾ ਵਾ ਪਰ 110 'ਤੇ ਜਾਣ ਦੀ ਤੁੱਕ ਨਹੀਂ ਬਣਦੀ ਮੱਠੀ ਮੱਠੇ ਉਹ ਟਰੱਕ ਮੱਲਿਆ ਮੈਂ ਜਿਹੜਾ ਉਹ ਅੱਗੇ ਜਾਣਦੇ ਆ ਇਹ ਉਹ ਵਾਲਾ ਬਸ ਉਹਦੇ ਪਿੱਛੇ ਪਿੱਛੇ ਲਾਇਆ ਆਪਾਂ ਜੇ ਉਹ ਖਲੋ ਗਿਆ ਕਿਤੇ ਉਹਨੂੰ ਪੁੱਛ ਲੈਣਾ ਬਾਈ ਤੇਲ ਤੁਲ ਪਾਉਣ ਖਲੋਤਾ ਕਿ ਵੈਸੇ ਖਲੋ ਗਿਆ ਜਿਹਦੇ ਵੈਸੇ ਖਲੋ ਗਏ ਆਪਾਂ ਵੀ ਖਲੋ ਜਾਣਾ ਪਊ ਨੋ ਰਿਸਕ ਫਸਟ ਵਿੰਟਰ ਔਨ ਟਰੱਕ ਵੀ ਸੇਫ ਗਾਈਜ਼ ਵੀ ਸੇਫ ਅਤੇ ਮੈਨੂੰ ਲੱਗਦਾ ਵਾ ਵੀ ਰਾਤ ਨੂੰ ਖਲੋਵਾਂਗੇ ਰਾਤ ਨੂੰ ਜਾਵਾਂਗੇ ਨਹੀਂ ਜੋ ਮੌਸਮ ਦੇ ਹਾਲ ਅੱਗੋਂ ਆਉਂਦੇ ਆ ਇੱਕ ਪਿਓ ਦਾ ਪੁੱਤ ਉਹ ਡਾਈ ਤੁਰਿਆ ਆਉਣ ਦਿਆ ਪਿੱਛੋਂ ਇਹਨੇ ਪਤਾ ਨਹੀਂ ਕਿਹੜੀ ਅੱਗ ਭਜਾਉਣੀ ਜਾ ਕੇ ਉਹ ਬੜੇ ਜਿਗਰੇ ਵਾਲੇ ਵੀ ਹੈਗੇ ਆ ਪਰ ਯਾਰ ਮੈਂ ਖਰਾਬ ਮੌਸਮ 'ਚ ਟਰੱਕ ਭਜਾਉਣ ਨੂੰ ਜਿਗਰਾ ਨਹੀਂ ਕਹੂੰਗਾ ਮੈਂ ਬੇਵਕੂਫੀ ਕਹੂੰਗਾ ਕਿਉਂਕਿ ਇਹਦੇ ਸਿਰਫ ਇਕੱਲੀ ਤੁਹਾਡੀ ਜਾਨ ਨਹੀਂ ਤੁਹਾਡੇ ਪਰਿਵਾਰ ਮਗਰ ਆ ਹੋਰ ਰੋਡ 'ਤੇ ਇੰਨੇ ਆ ਵੇਖੀ ਵੇਖੀ ਲੰਘਦਾ ਵੇਖੀ ਲੰਘਦਾ ਹੁਣ ਲੱਗੋ ਇਹ ਜਾਂਦਾ ਸਨੋਹ ਡਾਉਂਦਾ ਹੁਣ ਜਿਹਦੇ ਥੱਲੇ ਬਲੈਕ ਆਈਸ ਜੰਮੀ ਹੋਵੇ ਤੇ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹੜੇ ਪਾਸੇ ਜਾਣਾ ਸੋ ਧਿਆਨ ਨਾਲ ਮੇਰੇ ਵੀਰਿਓ ਧਿਆਨ ਨਾਲ ਆ ਜਾਓ ਹੁਣ ਆਪਾਂ ਕਰਦੇ ਹਾਂ ਸਫ਼ਰ ਕੰਟੀਨਿਊ ਮਿੱਤਰੋ ਇਸੇ ਕਰਕੇ ਦੁਨੀਆ ਥੋੜ੍ਹਾ ਜਿਹਾ ਜਨਤਾ ਨੂੰ ਚੱਲਣ ਨੂੰ ਘਬਰਾਉਂਦੀ ਆ ਪਰ ਫਿਰ ਵੀ ਤੁਹਾਨੂੰ ਜਿਗਰੇ ਜਨਤਾ ਦੇ ਜਾਣ ਨੂੰ ਚੱਲਦੇ ਜਾਣਾ ਮੈਂ ਇਕੱਲਾ ਨਹੀਂ ਪਿੱਛੇ ਵੇਖ ਲਓ ਕਿੰਨੀ ਲੈਣ ਅੱਗੇ ਵੇਖ ਲਓ ਕਿੰਨੀ ਲੈਣਾ ਚੱਲਦੀ ਇੱਕ ਟ੍ਰੇਲਰ ਪਿੱਛੇ ਡਿੱਗਾ ਪਿਆ ਸੀ ਇੱਕ ਇੱਥੇ ਆਹ ਡਿੱਗਾ ਪਿਆ ਵਾ ਇਹ ਮੈਨੂੰ ਲੱਗਦਾ ਵੀ ਆਹ ਸੁਪਰ ਦੂਜਾ ਹੋਗਣ ਵੀ ਜਿਹਨੂੰ LCV ਕਹਿੰਦੇ ਆ ਪਾਈਕ 2 ਟ੍ਰੇਲਰ ਹੋਣਗੇ ਇਕੱਠੇ ਹਾਂ ਆਵੇ ਆਹ ਟ੍ਰੇਲਰ ਉਹਦੇ ਨਾਲ ਕਨੈਕਟਡ ਆ ਆਹ ਟਰੱਕ ਅੱਗੋਂ ਕੀ ਬਣਿਆ ਪਿਆ 2 ਟ੍ਰੇਲਰ ਅਤੇ ਇੱਕ ਟਰੱਕ ਆ ਪਿਆ ਇੱਕ ਉਹ ਪਿਆ ਜੇ ਇੱਕ ਪਿੱਛੇ ਪਿਆ ਉਹ ਇਹਨਾਂ ਵੀ ਜਿਵੇਂ ਥੱਲੇ ਵੇਖੋ
ਸਾਰੀ ਬਲੈਕ ਆਈਸ ਬਣੀ ਪਈ ਆ ਠੀਕ ਆ ਅਤੇ ਹੁਣ ਆ ਸਾਰੇ ਟਰੱਕ ਇਸ ਤਰ੍ਹਾਂ ਜਾਣਦੇ ਹਨ ਪੰਦਰਾਂ ਵੀਹ ਵੱਧ ਤੋਂ ਵੱਧ ਵੀਹ ਦੀ ਸਪੀਡ ਦੇ ਉੱਤੇ ਤਾਂ ਨਹੀਂ ਜਾਣਦੇ ਤਾਜ਼ਾ ਹੀ ਦਾ ਨਾ ਅੱਧਾ ਪੌਣਾ ਘੰਟਾ ਪਹਿਲਾਂ ਹੀ ਕੰਮ ਹੋਇਆ ਹੋਣਾ ਬੜਾ ਕਿਉਂਕਿ ਸਨੋਅ ਵੀ ਤਾਜ਼ੀ ਆ ਫੋਰ ਫਲੈਸ਼ਰ ਜਗਨਦੇ ਆ ਹਜੇ ਤਾਂ ਕੱਢਣ ਨਾ ਦੇਣੀ ਆ ਅਤੇ ਹੁਣ ਪਤਾ ਨਹੀਂ ਵੀ ਸਵੇਰ ਤੱਕ ਇੱਥੇ ਹੀ ਰਹੇ ਕਿ ਦੋ ਘੰਟੇ ਨੂੰ ਨਿਕਲ ਜੇ ਕੁਛ ਪਤਾ ਨਹੀਂ ਆ ਕਦੋਂ ਟੋਹ ਵਾਲੇ ਆਉਣ ਉਹਨਾਂ ਕਿ ਥੋੜ੍ਹਾ ਜਿਹਾ ਸਾਫ ਲੱਗਣ ਦਿਆ ਪਰ ਆਪਾਂ ਮੱਠੇ ਮੁੱਠੇ ਜਾਵਾਂਗੇ ਬਿਕੋਜ਼ ਆਈ ਡੋਂਟ ਵਾਂਟ ਟੂ ਬੀ ਵਨ ਆਫ ਦ ਗਾਈਜ਼ ਸਿਟਿੰਗ ਇਨ ਡਿਚ ਵਿਦ ਫੋਰ ਫਲੈਸ਼ਰ ਜ਼ੋਨ ਠੀਕ ਆ ਕਿਉਂਕਿ ਪਹਿਲੀ ਸਨੋਅ ਤਾਂ ਘੱਟੋ ਘੱਟ ਪਹਿਲੀ ਸਨੋਅ 'ਚ ਤਾਂ ਕੋਈ ਕਾਂਡ ਨਹੀਂ ਕਰਨਾ ਮੈਨੂੰ ਪਤਾ ਨਹੀਂ ਰਿਚਨਾ ਦੇਖਣ 'ਤੇ ਧਿਆਨ ਨਹੀਂ ਹੋਣਾ ਤੁਹਾਨੂੰ ਸੋ ਰੋਡ ਹੀ ਵੇਖ ਲਓ ਅਤੇ ਚੱਲਦੇ ਹਾਂ ਜੋ ਅੱਗੇ ਜੇ ਅੱਗੇ ਕਿਤੇ ਜਾਮ ਜੂਮ ਲੱਗਾ ਹੋਇਆ ਉੱਥੇ ਬਹਿ ਕੇ ਕਰਾਂਗੇ ਗੱਲਾਂ ਬਾਤਾਂ ਆ ਜਾਓ ਮਿੱਤਰੋ ਇੱਦਾਂ ਕਈ ਵਾਰ ਪੁਲਿਸ ਵਾਲੇ ਧੱਕਾ ਕਰਦੇ ਹੁੰਦੇ ਜੇ ਠੀਕ ਆ ਹੁਣ ਇਹਨੇ ਰੋਕਿਆ ਮੈਨੂੰ ਠੀਕ ਆ ਮੇਰਾ ਜਦੋਂ 80 ਦੇ ਜ਼ੋਨ 'ਤੇ 105 'ਤੇ ਜਾਣ ਦਿਆਂ ਉਹ ਸਾਹਮਣੇ ਸਪੀਡ ਸਾਈਨ ਦੇਖੋ 100 ਉਹਨੂੰ ਕਿਹਾ ਮੈਂ ਕਿਹਾ ਸਾਹਮਣੇ 100 ਦਾ ਆਉਂਦੀ ਨਹੀਂ 80 ਦਾ ਮੈਂ ਕਿਹਾ ਉਹ ਤੇਰੇ ਸਾਹਮਣੇ 100 ਲਿਖਿਆ ਦੇਖ ਲਾ ਉਹ ਸਾਹਮਣੇ 100 ਲਿਖਿਆ ਆਉਂਦੀ ਨੋ ਅਸ ਪਿੱਛੇ ਆਉਂਦੀ ਆਉਂਦੀ ਪਿੱਛੇ ਬੋਰਡ ਲੱਗਾ 80 ਦਾ ਮੈਂ ਕਿਹਾ ਜਿਹੜਾ ਮੇਰੇ ਸਾਹਮਣੇ ਆ ਮੈਂ ਉਹ ਵੇਖਣਾ ਨਾ ਲਓ ਵੀ ਜੱਟੋ ਪੈ ਗਿਆ ਸ਼ਗਨ $196 ਦਾ ਐਡੇ ਕਿਤੇ ਭੈੜੇ ਨਾ BC ਵਾਲੇ ਇਹੋ ਜੇ ਪੇ ਕਰਨਾ ਫਿਰ ਆਪਾਂ ਔਨਲਾਈਨ ਪੇ ਕਰ ਸਕਦੇ ਹਾਂ ਪਰ ਜੇ ਫਾਈਟ ਕਰਨਾ ਡਿਸਪਿਊਟ ਕਰਨਾ ਫਿਰ ਜਾਂ ਇਹਨਾਂ ਨੂੰ ਚਿੱਠੀ ਰਾਹੀਂ ਹੈ ਨਾ ਮੇਲ ਰਾਹੀਂ ਅਤੇ ਜਾਂ ਫਿਰ ਆਪ ਜਾ ਕੇ ਐਡੇ ਕਿਤੇ ਭੈਣ ਦੇ ਭਰਾ ਆ ਨਾ ਕੀ ਮਿਲਿਆ ਦੱਸ ਕੀ ਨਾਂ ਇਹਦਾ ਨਾਂ ਪਤਾ ਨਹੀਂ ਕੀ ਇਹਦਾ ਕੀ ਮਿਲਿਆ ਤੈਨੂੰ ਬਰੂਨਰ ਕਰੇ ਮੈਨੂੰ ਟਿਕਟ ਦੇ ਕੇ ਕਰਾ ਤੇ ਮੈਂ ਫਿਰ ਮਾਫ ਲੈਣੀ ਵਾਂ ਮੰਗਾ ਇਹ ਹੁੰਦਾ ਨਾ ਹੁਣ ਚਲੋ ਮੈਨੂੰ ਇਹ ਚੀਜ਼ਾਂ ਬਾਰੇ ਨੌਲੇਜ ਆ ਠੀਕ ਆ ਮੈਂ ਆਪੇ ਫਾਈਟ ਕਰ ਲੈਣੀ ਆ ਹੈ ਨਾ ਮੈਨੂੰ ਜੇ ਆਉਣਾ ਵੀ ਪਿਆ ਮੈਂ ਹੁਣ ਲੜ ਮੈਂ ਬਾਏ ਮੇਲ ਹੈ ਨਾ ਚਿੱਠੀ ਲਿਖ ਕੇ ਇਹਨਾਂ ਨੂੰ ਬਾਏ ਮੇਲ ਆਪੇ ਡਿਸਪਿਊਟ ਪਾ ਦੇਣਾ ਮੈਂ ਅਤੇ ਜਦੋਂ 7-8 ਮਹੀਨੇ ਬਾਅਦ ਆਉਂਦਾ ਹੁੰਦਾ ਵਾਰੀ ਹੈ ਨਾ 7-8 ਮਹੀਨੇ ਬਾਅਦ ਡਿਸਪਿਊਟ ਦੀ ਵਾਰੀ ਆਉਂਦੀ ਹੁੰਦੀ ਆ ਫਿਰ ਉਦੋਂ ਆ ਜਾਵਾਂਗੇ ਨਾ ਜਾਂ ਗੇੜਾ ਉਸ ਹਿਸਾਬ ਨਾਲ ਚੋੜ ਲਾਂਗੇ ਕੀ ਪਤਾ ਉਦੋਂ ਇਸ ਕੰਪਨੀ 'ਚ ਕੰਮ ਕਰਦੇ ਹੋਣਾ ਵੀ ਕਿ ਨਹੀਂ ਕਰਦੇ ਹੋਣਾ ਅੱਜ ਤੋਂ 7-8 ਮਹੀਨਿਆਂ ਨੂੰ ਠੀਕ ਆ ਪੰਗਾ ਇਹ ਆ ਨਾ ਚੱਲ ਮੈਨੂੰ ਨੌਲੇਜ ਆ ਮੇਰਾ ਜੇ ਲੱਗਾ ਵੀ ਤਾਂ $200 ਲੱਗੂਗਾ ਠੀਕ ਆ ਜੇ ਮੈਨੂੰ ਭਰਨਾ ਵੀ ਪਿਆ ਠੀਕ ਆ ਪਰ ਜੇ ਹੁਣ ਜਿਹੜੇ ਬੰਦੇ ਨੂੰ ਨਹੀਂ ਇਸ ਚੀਜ਼ਾਂ ਬਾਰੇ ਪਤਾ ਹੈ ਨਾ ਵੀ ਆਪਣੇ ਕਿੰਨੇ ਡਰਾਈਵਰ ਆ ਜਿਹੜੇ ਥੋੜ੍ਹੀ ਵੱਧ ਉਮਰ ਦੇ ਆ ਜਿਨ੍ਹਾਂ ਨੂੰ ਕਈਆਂ ਨੂੰ ਇੰਗਲਿਸ਼ ਵੀ ਨਹੀਂ ਚੰਗੀ ਤਰ੍ਹਾਂ ਆਉਂਦੀ ਹੁੰਦੀ ਹੈ ਨਾ ਵੀ ਹੁਣ ਲਾਲਾ ਵੀ ਮੇਰੇ ਪਾਪਾ ਵੀ ਇੱਥੇ ਹੁੰਦੇ ਜੋ ਵੀ ਡਰਾਈਵਰ ਹੁੰਦੇ ਤਾਂ ਉਹਨਾਂ ਨੂੰ ਨਹੀਂ ਹੁਣ ਪਤਾ ਹੋਣਾ ਸੀ ਇਹਨਾਂ ਚੀਜ਼ਾਂ ਦਾ ਹੈ ਨਾ ਹੁਣ ਜਿਹੜਾ ਮੇਰੇ ਨਾਲ ਬਾਈ ਆ ਉਹਨੂੰ ਵੀ ਮੇਰੇ ਨਾਲ ਉਹ ਪਹਿਲਾਂ ਜਿਹੜੇ ਬਾਈ ਨਾਲ ਆਉਂਦੇ ਸੀ ਉਹਨਾਂ ਵੀ 2 ਟਿਕਟਾਂ ਮਿਲੀਆਂ ਉਹਨਾਂ ਫਾਈਟ 'ਤੇ ਲਾਈਆਂ ਠੀਕ ਆ ਪੰਗਾ ਇਹ ਆ ਵੀ $200 ਇਹ ਠੀਕ ਆ ਪਲੱਸ 600-700 ਯਾਰ ਵਕੀਲ ਨੇ ਲੈ ਜਾਣਾ ਤੁਹਾਡੀ ਇੱਕ ਹਫ਼ਤੇ ਦੀ ਤੁਹਾਡੀ ਇੱਕ ਗੇੜੇ ਦੀ ਕਮਾਈ ਗਈ ਇੱਕ ਟਿਕਟ ਮਿਲ ਗਈ ਨਾ ਅਤੇ ਇੱਕ ਗੇੜੇ ਦੀ ਕਮਾਈ ਗਈ ਉੱਥੇ ਠੀਕ ਆ ਉਹ ਸਾਡੀ ਕੰਪਨੀ ਦਾ ਇੱਕ ਉਹ ਟਰੱਕ ਫਿਰਦਾ ਉੱਥੇ ਅਤੇ ਉਹ ਈਗਲੀ ਈਗਲ ਹੋਈ ਬਈ ਇੱਧਰ ਦੇ ਈਗਲੀ ਈਗਲ ਦੋ ਉੱਥੇ ਲੰਘ ਗਏ ਇੱਕ ਫਿਰ ਲੰਘ ਗਿਆ ਸੀ ਰਾਹ 'ਚ ਇੱਕ ਆਹ ਫਿਰਦਾ ਆਹ ਨਹੀਂ ਬਾਜ਼ ਵਾਲਾ ਆਉਂਦਾ ਜੀ ਠੀਕ ਆ ਸੋ ਚਲੋ ਦੇਖਦੇ ਹਾਂ ਹੁਣ ਕੀ ਬਣਦਾ ਬਿਨੇ ਆ ਜੇ ਤਾਂ ਲੋਡ ਵੈਸੇ ਤਾਂ ਸਾਨੂੰ ਅੱਜ ਸ਼ਾਮਾਂ 'ਤੇ ਮਿਲ ਗਿਆ ਵਾਪਸੀ ਦਾ ਪਰ ਮੇਰਾ ਉਹ ਲੋਡ ਲਾਉਣ ਦਾ ਇਰਾਦਾ ਨਹੀਂ ਹੈਗਾ ਕਿਉਂਕਿ ਉਹ ਹੈਗਾ ਮੋਂਟਰੀਅਲ ਜਾਣਾ ਅਤੇ ਮੇਰਾ ਤਾਂ ਮੋਂਟਰੀਅਲ ਨਾ ਜਾਇਆ ਜਾਵੇ ਸਿੱਧਾ ਬਰੈਂਪਟਨ ਦਾ ਲੋਡ ਮਿਲ ਜੇ ਅਤੇ ਮੈਂ ਕਰਨਾ ਡਿਸਪੈਚ ਨੂੰ ਫੋਨ ਅਜੇ ਵੀ ਸਿੱਧਾ ਬਰੈਂਪਟਨ ਦਾ ਲੋਡ ਦੇ ਦਿਉ ਅਤੇ ਜੇ ਤਾਂ ਰਾਤ ਰੁਕਣਾ ਪੈ ਗਿਆ ਤਾਂ ਕੱਲ੍ਹ ਮਿਲਿਆ ਬਰੈਂਪਟਨ ਦਾ ਹੁਣ ਕੱਲ੍ਹ ਮਿਲਿਆ ਵਾਪਸੀ ਦਾ ਲੋਡ ਬਰੈਂਪਟਨ ਨੂੰ ਅਤੇ ਫਿਰ ਤਾਂ ਮੈਂ ਕੱਲ੍ਹ ਸਵੇਰੇ ਡਿਸਪਿਊਟ ਕਰਕੇ ਹੀ ਜਾਊਂਗਾ ਅਤੇ ਵੇਖ ਲਾਂਗੇ ਉੱਠ ਕੇ ਕੀ ਬਣਦਾ ਬਾਕੀ ਕਰਦੇ ਹਾਂ ਚੈੱਕ ਨਾਲ ਦਾ ਬਾਈ ਆਉਂਦੇ ਟਿਮ ਤੋਂ ਕੁਛ ਖਾਣਾ ਪੀਣਾ ਹੋ ਗਿਆ ਟਿਮ 'ਤੇ ਅਤੇ ਆਪਾਂ ਬੈਠਣਾ ਦੀ ਵੇਟ ਕਰਦੇ ਹਾਂ ਇੱਥੋਂ ਰਾਹ ਰਹਿ ਗਿਆ ਕੋਈ 7.5 ਘੰਟੇ ਦਾ ਸਟੀ ਦੇ ਹਿਸਾਬ ਨਾਲ ਸ਼ਾਮੀ 5 ਵਜੇ ਨਾਲ ਪਹੁੰਚ ਜਾਵਾਂਗੇ ਬਰੈਂਪਟਨ ਦੇ ਹਿਸਾਬ ਨਾਲ ਸ਼ਾਮੀ 7 ਵਜੇ ਪਹੁੰਚ ਜਾਵਾਂਗੇ ਅਤੇ ਬਾਕੀ ਦੇਖ ਰਹੇ ਹਾਂ ਜੋ ਕੀ ਬਣਦਾ ਕਰਦੇ ਹਾਂ ਸਫ਼ਰ ਕੰਟੀਨਿਊ ਅਤੇ ਪਹਿਲਾ ਸ਼ਗਨ ਮਿਲ ਗਿਆ ਕਮਰਸ਼ੀਅਲ ਡਰਾਈਵਿੰਗ 'ਤੇ ਪਰਸਨਲ ਡਰਾਈਵਿੰਗ 'ਤੇ ਬਹੁਤ ਮਿਲਿਆ ਕਮਰਸ਼ੀਅਲ ਡਰਾਈਵ 'ਤੇ ਪਹਿਲਾ ਲਾਇਸੈਂਸ ਮਿਲਿਆ ਪਹਿਲਾ ਸ਼ਗਨ ਮਿਲ ਗਿਆ ਇਹਦੇ ਵਿੱਚ 2000 ਪਤਾ ਨਹੀਂ ਗੱਲ ਤੋਂ ਹੁੰਦੇ ਜਿਹਦਾ ਫੋਨ ਆ ਗਿਆ ਕਰਦਾ ਆਹ ਚੈੱਕ ਕਰੋ ਕੀ ਬਣਿਆ ਪਿਆ ਬਸ ਆਹ ਇੱਧਰ ਆਹ ਜਾਣ ਵਾਲਾ ਜਿਹੜਾ ਤੁਹਾਨੂੰ ਲੈਫਟ ਸਾਈਡ 'ਤੇ ਦਿਖ ਦਿੰਦੇ ਆ ਮਾੜਾ ਮਾੜਾ ਕਾਲੀਆਂ ਕਾਲੀਆਂ ਲੀਆਂ ਉਹ ਆਉਣ ਵਾਲਾ ਠੀਕ ਆ ਇਹ ਰਾਹ ਜਾਂਦਾ ਜੀ BC ਨੂੰ ਹਾਈਵੇ ਨੰਬਰ 1 ਠੀਕ ਆ ਜਿਹੜੇ ਮੇਰੇ ਕਹਿੰਦੇ ਆਟੋ ਪਾਇਲਟ ਟਰੱਕ ਇੱਥੇ ਚੱਲ ਜਾਣਗੇ ਆਟੋ ਪਾਇਲਟ ਟਰੱਕ ਲੇਨ ਨਹੀਂ ਪਤਾ ਲੱਗਣ ਦੀ ਲੇਨ ਕਿਹੜੀ ਆ ਇੱਥੇ ਮੈਨੂੰ ਪਿੱਛੇ ਮੈਂ ਟਰੱਕ ਨੂੰ ਪਾਸ ਕਰਨਾ ਸੀ ਪਿੱਛੇ ਜੇ ਪਾਸਿੰਗ ਲੇਨ ਆਈ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਪਾਸਿੰਗ ਲੇਨ ਆ ਗਏ ਅਤੇ ਨਿਕਲ ਗਈ ਕਿਹੜੇ ਟਰੱਕ ਹਾਈਵੇ ਡਬਲ ਹੋ ਗਿਆ ਇਹਦੇ ਮਗਰ ਮਗਰ ਹੀ ਜਾਣ ਦਿਓ ਅਤੇ ਵਿੱਚ ਤਾਂ ਇੰਨੀ ਸਨੋਅ ਆਉਂਦੀ ਆ ਇੰਨੀ ਸਨੋਅ ਉੱਡਦੀ ਅਗਲੇ ਪਾਸੇ ਅਗਲੇ ਟਰੱਕ ਦਿਖਣਾ ਬੰਦ ਹੋ ਜਾਂਦਾ ਮੈਨੂੰ ਇੱਥੇ ਹੋਣੇ ਆ ਜੀ ਹਾਈਵੇ ਡਬਲ ਆਉਂਦੇ ਹਾਈਵੇ ਡਬਲ ਕਹੀ ਜਾਂਦੇ ਆ ਇੱਥੇ ਆਉਣੇ ਜਾਂਦੇ ਆ ਆਟੋ ਪਾਇਲਟ ਟਰੱਕ ਮੈਂ ਨਾ ਇੱਥੇ ਪਾਇਲਟ ਦੇ
ਨਾ ਚੱਲੀ ਜਾਣ ਤੇ ਬੜੀ ਫਤਿਹ ਆ। ਪਾਇਲਟ ਨਾ ਕਰੇ ਕਹਿ ਜਾਣ ਵੀ ਨਾ ਪਾਊ ਅਸੀਂ ਆਟੋ ਹੋਣ ਲੱਗੇ। ਇਹ ਤਾਂ ਕੈਮਰੇ 'ਚ ਮੈਨੂੰ ਪਤਾ ਨਹੀਂ ਕਿਉਂ ਇੰਨਾ ਸਾਫ਼ ਲੱਗਣ ਦਿਆ, ਅਸਲ ਵਿੱਚ ਸਗੋਂ ਇੰਨਾ ਸਾਫ਼ ਵੀ ਨਹੀਂ ਹੈਗਾ। ਮੈਂ ਤਾਂ ਕੈਮਰੇ 'ਚ ਵੇਖ ਕੇ ਚਲਾਈ ਜਾਵਾਂ, ਕੈਮਰੇ 'ਚ ਮੈਨੂੰ ਅਗਲਾ ਟਰੱਕ ਜਮਾਂ ਕਲੀਅਰ ਦੇਖ ਦਿੰਦਾ, ਅਸਲ ਵਿੱਚ ਨਹੀਂ ਸਗੋਂ ਦੇਖ ਦਿੰਦਾ। ਕੈਮਰੇ 'ਚ ਉਹ ਉੱਤੇ ਵਾਲੀ ਪਹਾੜੀ ਵੀ ਦੇਖ ਦਿੰਦੀ ਹੈ ਨਾ, ਅਤੇ ਅਸਲ ਵਿੱਚ ਨਹੀਂ ਉੱਤਰ ਅੱਖਾਂ ਨਾਲ ਨਹੀਂ ਦੇਖ ਦਿੰਦੀ। ਇਹ ਮੈਂ ਪਹਿਲਾਂ ਬੜੀ ਰਿਕਾਰਡ ਕੀਤਾ, ਕੈਮਰੇ 'ਚ ਸਾਫ਼ ਦੇਖਦਾ। ਸਾਈਨ ਲੱਗਾ ਗਿਆ ਇੱਥੇ, ਪਾਸਿੰਗ ਲੇਨ ਹੋਣੀ ਹੈ 2 ਕਿਲੋਮੀਟਰ ਬਾਅਦ, ਜੇ ਕਿਸੇ ਨੇ ਓਵਰਟੇਕ ਕਰਨਾ ਹੈ ਨਾ ਉੱਥੇ, ਉੱਥੇ ਟ੍ਰਿਪਲ 2-3 ਲੇਨਾਂ ਬਣ ਜਾਂਦੀਆਂ, ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਪਾਸਿੰਗ ਲੇਨ ਨਿਕਲ ਜਾਣੇ ਆ। ਅਤੇ ਮੈਨੂੰ ਨਾ ਇੱਥੋਂ ਯਾਦ ਆਉਂਦੀ ਹੈ, ਜੇ ਕਿਸੇ ਨੇ ਫਿਲਮ ਵੇਖੀ ਹੋਵੇ ਨਾਰਨੀਆ, ਠੀਕ ਆ, ਨਾਰਨੀਆ ਦਾ ਪਹਿਲਾ ਪਾਰਟ ਕਿ ਦੂਜਾ ਪਾਰਟ ਆ ਹੈ ਨਾ, ਉਹਦੇ ਵਿੱਚ ਇਸ ਤਰ੍ਹਾਂ ਦਾ ਏਰੀਆ ਆਉਂਦਾ, ਐਂ ਬਰਫ਼ 'ਤੇ ਐਂ ਪਹਾੜ 'ਤੇ ਇੰਨੀ ਸਨੋ। ਗਰਮੀਆਂ 'ਚ ਇਸੇ ਰਾਹ 'ਤੇ ਜਿਵੇਂ ਪਿਛਲੇ ਗੇੜੇ ਸੁਣਾ ਸਨੋ ਸੁਣਾ ਨਹੀਂ ਹੈਗੀ ਸੀ, ਅਤੇ ਇਸੇ ਰਾਹ 'ਤੇ ਮੈਂ 105 'ਤੇ ਜਾਂਦਾ ਰਿਹਾ ਅਤੇ 80 'ਤੇ ਜਾਣ ਦੇ। ਚਲੋ ਕਰਦੇ ਹਾਂ ਸਫ਼ਰ ਕੰਟੀਨਿਊ ਅਤੇ ਮਿਲਦੇ ਹਾਂ ਹੋਪਫੁਲੀ ਸਰੀ ਜਾ ਕੇ। ਹੁਣ ਲੈ ਗਿਆ ਆਪਣਾ ਰਾਹ 7 ਕਿਲੋਮੀਟਰ। ਕਿੱਦਾਂ ਮੈਂ ਕਰਤਾ ਚਿੱਟਾ ਚਿੱਟਾ ਸਾਰਾ ਕੁਝ, ਪਿਛਲੇ ਇੱਕ ਦੋ ਲੱਗੇ ਝਰਨਾ ਡਿੱਗਦਾ ਵਗਾਏ ਤੁਹਾਨੂੰ ਕਿਹਾ ਜਿਹਾ, ਹੁਣ ਬਰਫ਼ ਬਰਫ਼ ਟ੍ਰੇਲਰ ਦਾ ਟਰੱਕ ਦਾ ਬੁਰਾ ਹੋਇਆ ਪਿਆ ਬਰਫ਼ਣਾ। ਇੱਥੋਂ ਕਿੰਨੇ ਬਰਫ਼ ਲਾਈ ਹੈ, ਔਰ ਸਾਰੀਆਂ ਉੱਤੇ ਵਾਲੀਆਂ ਲਾਈਟਾਂ ਹੁੰਦੀਆਂ 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 ਨਾ ਮਾੜੀਆਂ ਮਾੜੀਆਂ, ਆਹ ਲਾਈਟਾਂ ਢੱਕੀਆਂ ਪਈਆਂ ਸੀ ਬਰਫ਼ ਨਾਲ, ਔਰ ਸਾਰੀਆਂ ਹੁਣ ਇੱਥੋਂ ਆਹ ਦੀਆਂ ਹੱਥ ਨਾਲ ਸਾਫ਼ ਹੋ ਗਈਆਂ, ਉੱਤੇ ਵਾਲੀਆਂ ਕਿੱਥੇ ਹੱਥ ਨਾਲ ਸਾਫ਼ ਹੋਣੀਆਂ ਸੀ। ਉੱਤੇ ਵਾਲੀਆਂ ਤਾਂ ਫਿਰ ਮੈਂ ਨਾ ਜਿਵੇਂ ਥੋੜ੍ਹੀ ਮਾਰ ਮਾਰ ਕੇ ਅਤੇ ਉੱਥੋਂ ਬਰਫ਼ ਐਂ ਡਿੱਗੀ ਫਿਰ ਆ ਕੇ ਥੱਲੇ ਆ ਸਾਰਾ। ਕੀ ਹਾਲ ਬਣਿਆ ਪਿਆ, ਬ੍ਰੇਕ ਚੈਂਬਰਾਂ ਤੋਂ ਵੀ ਝਾੜੀ ਆ, ਮੈਂ ਥੱਲੇ ਹੀਟ ਹੋ ਜਾਣ ਤਾਂ ਪਤਾ ਨਾ ਲੱਗੇ। ਬਰਫ਼ ਬਰਫ਼ ਆਹ ਵਾਲੀ 20 ਰੁਪਏ ਕਿਲੋ, ਜਿੱਥੇ ਲਾ ਕਿਲੋ ਆਹ ਵਾਲੀ 10 ਰੁਪਏ ਕਿਲੋ। ਬੰਦੇ ਹਾਲ ਆ, ਚਲੋ ਹੋ ਗਿਆ ਆਪਣਾ ਕੰਮ, ਇੱਥੇ ਚੱਲ ਗਏ ਹੁਣ। ਨਾਓ ਲੈਟਸ ਮੂਵ ਟੂ ਲੈਂਗਲੇ, ਲੈਂਗਲੇ ਲੋੜ ਆਪਣਾ ਸ਼ਾਮ ਦਾ ਹੀ ਆ, ਸ਼ਾਮ ਦਾ ਚੱਕ ਕੇ ਚੱਲ ਮੌਂਟਰੀਅਲ, ਉੱਥੋਂ ਫਿਰ ਗਾਂ ਬਰੈਂਪਟਨ ਨੂੰ ਆ ਜਾਓ। ਆਪਾਂ ਹੁਣ ਖੜ੍ਹਿਆ ਇੱਥੇ ਕੋਕਾ ਹਿੱਲ ਤੋਂ ਪਹਿਲਾਂ ਵਾਲੇ ਬ੍ਰੇਕ ਚੈੱਕ 'ਤੇ, ਅਤੇ ਮੈਂ ਪੂਰਾ ਜਿਹਾ ਜਦੋਂ ਕੈਮਲੂਸ ਤੋਂ ਸੀ, ਮੈਂ ਕਿਹਾ ਅੱਗੇ ਨਾ ਬੜਾ ਸੋਹਣਾ ਸੋਹਣਾ ਲੱਗਣਾ, ਲਾਈਟਾਂ ਸਾਫ਼ ਕਰ ਲਈਏ। ਮੈਂ ਵੀ ਇੱਥੋਂ ਅੱਗੇ ਨਾ ਬੜਾ ਸੋਹਣਾ ਜਿਵੇਂ ਪਹਾੜ, ਗਰਮੀਆਂ 'ਚ ਸੋਹਣੇ ਲੱਗਦੇ ਹੀ ਆ, ਮੈਂ ਕਿਹਾ ਸਰਦੀਆਂ 'ਚ ਐਂ ਸਨੋਅ ਪੈ ਕੇ ਹੋਰ ਚਿੱਟੇ ਚਿੱਟੇ ਹੋਰ ਸੋਹਣੇ ਲੱਗਣ ਦੇ ਹੋਣੇ ਆ, ਮੈਂ ਵਿਖਾਊਂਗਾ ਅੱਗੇ ਨਾਲ ਨਾਲ ਨਜ਼ਾਰਾ। ਬਾਬਾ ਜਿਹੜੇ ਮਤਲਬ ਟਾਈਮ ਥੋੜ੍ਹਾ ਥੋੜ੍ਹਾ, ਜੇ ਮੈਂ ਟਾਈਮ ਖੁੱਲ੍ਹਾਂ ਤਾਂ ਮੈਂ ਖਲੋ ਕੇ ਵਿਖਾ ਸਕਦਾ ਹਾਂ, ਉਹ ਜਿਵੇਂ ਟਾਈਮ ਪੂਰਾ ਪੂਰਾ ਸੀ। ਮੇਰੀ ਹਿੰਮਤ ਨਹੀਂ ਹੋਈ ਚੱਲਦੇ ਟਰੱਕ 'ਚ ਫੋਨ ਫੜਨ ਦੀ, ਚੱਲਦੇ ਟਰੱਕ 'ਚ ਰਿਕਾਰਡ ਕਰਨ ਦੀ, ਕਿਉਂਕਿ ਪਰ ਇੰਨੇ ਟਰੱਕ ਪਲਟੇ ਪਏ ਸੀ ਰਾਹ 'ਚ, ਟਰੱਕ ਛੱਡੋ ਗੱਡੀਆਂ ਸਕਿੱਡ ਹੋਈਆਂ ਪਈਆਂ, ਡਿੱਚਾਂ 'ਚ ਡਿੱਗੀਆਂ ਪਈਆਂ। ਮੈਂ ਕਿਹਾ ਨਹੀਂ ਸਮਰੱਸਿਆ, ਡਰਾਈਵ ਸੇਫ। ਮੈਂ ਹੁਣ ਕੋਸ਼ਿਸ਼ ਕਰੂੰਗਾ ਅਗਲੇ ਇੱਕ ਦੋ ਆਉਣ ਵਾਲੇ ਟ੍ਰਿਪਾਂ 'ਚ ਨਾ ਗੋਪਰੋ ਲੈ ਲਈਏ, ਆਪਾਂ ਸਿਰ 'ਤੇ ਬੰਨ ਲਿਆ ਕਰਨਾ, ਫਿਰ ਪੂਰੀ ਸੇਫਟੀ ਨਾਲ। ਪਿੱਛੇ ਪਹਾੜ ਬਣੇ ਪਏ ਕਿੱਦਾਂ, ਠੀਕ ਆ, ਅੱਗੇ ਸਾਰੇ ਟਰੱਕ ਖਲੋਤੇ ਬ੍ਰੇਕ ਚੱਕਾਂ ਨੂੰ, ਇੱਧਰ ਵੀ ਪਿੱਛੇ ਵੀ, ਇਹ ਪੂਰੀ ਮੁੱਛਾਂ ਜੰਮਣ ਲਈ ਠੰਡ ਹੋ ਗਈ ਆ, ਬਾਕੀ ਤਾਂ ਸਭ ਸਹੀ ਆ। ਬ੍ਰੇਕਾਂ ਬਰੂਕਾਂ ਮੈਂ ਦੇਖ ਲਈਆਂ ਪਹਿਲਾਂ ਹੀ, ਪੂਰਾ ਬਰਫ਼ ਦੇ ਸਰੀ ਜਾ ਕੇ ਸਰੀ ਜਾਂਦੇ ਜਾਂਦੇ ਝਾੜੀ ਜਾਣੀ, ਕਿਉਂਕਿ ਅੱਗੇ ਜਾ ਕੇ ਠੰਡ ਨਹੀਂ ਹੋਣੀ ਇੰਨੀ। ਕਈ ਪਤਾ ਕੋਕਾ ਹਿੱਲ ਟੱਪ ਦੇ ਮੀਂਹ ਪੈਣ ਦਿਆ, ਸਰੀ ਵੱਲ ਤਾਂ ਵੈਸੇ ਮੀਂਹ ਪੈਂਦਾ ਰਹਿੰਦਾ। ਵਲੌਗ ਵਲੂਗ ਆਪਾਂ ਪਹਿਲਾਂ ਅਪਡੇਟ ਕਰਕੇ ਉਤਰੇ ਹਾਂ, ਅਤੇ ਆ ਜਾਓ ਹੁਣ ਆਪਾਂ ਨਿਕਲਦੇ ਹਾਂ ਅੱਗੇ, ਅਤੇ ਕਰੀਏ ਡਰੋਪ, ਫਿਰ ਆਪਣੇ ਪਿਕਅਪ ਆ ਗਈ ਆ, ਬਸ ਡਰੋਪ ਪਿਕਅਪ ਵਾਪਸ ਗੁਰਾ ਮੇਰਾ। ਕਰਦੇ ਹਾਂ 2-4 ਕੰਮ ਦੀਆਂ, ਪਰ
ਵੀ ਆਪਾਂ ਹੁਣ ਇੱਥੇ ਕੈਨੇਡਾ ਆਉਂਦੇ ਹਾਂ, ਆਪਣੇ ਘਰ ਤੋਂ ਦੂਰ ਆਉਂਦੇ ਹਾਂ, ਅਤੇ ਮੈਨੂੰ ਚਾਰ ਪੰਜ ਆਪਣੇ ਭੈਣ ਭਰਾਵਾਂ ਦੇ ਮੈਸੇਜ ਆਏ ਵੀ ਵੀਰੇ ਬੜਾ ਡਿਪਰੈਸ ਫੀਲ ਕਰਦੇ ਹਾਂ, ਇਕੱਲਾ ਫੀਲ ਕਰਦੇ ਹਾਂ, ਹੁਣ ਵਾਪਸ ਜਾਣ ਨੂੰ ਜੀ ਕਰਦਾ ਪਰ ਵਾਪਸ ਜਾ ਕੇ ਵੀ ਕੀ ਕਰਾਂਗੇ, ਉੱਥੇ ਵੀ ਕੁਛ ਕਰਨ ਨੂੰ ਨਹੀਂ ਹੈਗਾ। ਇਹਦੇ 'ਤੇ ਬੜੇ ਹੁਣ ਚਾਰ ਪੰਜ ਮੈਸੇਜ ਆਏ ਮੈਨੂੰ ਇੱਦਾਂ ਦੇ। ਸੋ ਮੈਨੂੰ ਲੱਗਾ ਮੈਨੂੰ ਗੱਲ ਸ਼ੇਅਰ ਕਰਨੀ ਚਾਹੀਦੀ ਆ ਯਾਰ, ਆ ਵੀ ਯਾਰ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਆਪਣੇ ਆਪ ਨੂੰ ਪ੍ਰਪੇਅਰ ਕਰਕੇ ਆਓ ਵਰਸਟਲੀ, ਮਾੜੇ ਤੋਂ ਮਾੜੇ ਹਾਲਾਤਾਂ ਲਈ, ਠੀਕ ਹੈ। ਚੰਗੇ ਹਾਲਾਤਾਂ 'ਚ ਤਾਂ ਕੋਈ ਵੀ ਰਹਿ ਲਊਗਾ, ਮਾੜੇ ਹਾਲਾਤਾਂ 'ਚ ਕੋਈ ਕੋਈ ਰਹਿ ਸਕਦਾ, ਠੀਕ ਆ। ਸੋ ਆਪਣੇ ਆਪ ਨੂੰ ਉਹਦੇ ਲਈ ਪ੍ਰਪੇਅਰ ਕਰਕੇ ਆਓ ਵੀ ਉੱਥੇ ਜਾ ਕੇ ਕਿਸੇ ਵੀ ਤਰ੍ਹਾਂ ਦਾ ਮਾਹੌਲ ਹੋ ਸਕਦਾ, ਕਿਉਂਕਿ ਆਪਾਂ ਇੰਡੀਆ ਬੈਠੇ, ਪੰਜਾਬ ਬੈਠੇ ਜਾਂ ਕਿਤੇ ਵੀ ਬਾਹਰ ਬੈਠੇ ਨਾ, ਫੋਟੋਆਂ ਵੇਖ ਕੇ ਜਾਂ ਹੋਰ ਚੀਜ਼ਾਂ ਵੇਖ ਕੇ ਆਪਾਂ ਆਪਣੇ ਮਨ 'ਚ ਇੱਕ ਪਿਕਚਰ ਬਣਾ ਲੈਂਦੇ ਵੀ ਕੈਨੇਡਾ ਜਾ ਕੇ ਇੱਦਾਂ ਦਾ ਹੋਊਗਾ, ਜਾਂ ਅਮੈਰੀਕਾ, ਆਸਟ੍ਰੇਲੀਆ, ਇੰਗਲੈਂਡ, ਜਿੱਥੇ ਵੀ ਹੈ ਨਾ, ਆਪਾਂ ਆਪਣੇ ਮੁੰਡੇ ਕੁੜੀਆਂ ਆਪਣੇ ਭੈਣ ਭਰਾ ਜਾਂਦੇ ਬਾਹਰ ਨਾ, ਵੀ ਆਪਾਂ ਇੱਕ ਮਨ 'ਚ ਆਪਣੇ ਪਿਕਚਰ ਪਰਸੈਪਸ਼ਨ ਬਣਾ ਲੈਂਦੇ ਹਾਂ, ਜਦੋਂ ਉਹ ਆ ਕੇ ਉਹ ਚੀਜ਼ ਸੱਚ ਨਹੀਂ ਨਿਕਲਦੀ ਨਾ, ਦਿਲ ਟੁੱਟਦਾ, ਮੇਰਾ ਵੀ ਟੁੱਟਾ ਸੀ, ਠੀਕ ਆ। ਪਰ ਮੈਨੂੰ ਫਿਰ ਵੀ ਕੁਝ ਨਾ ਕੁਝ ਤੱਕ ਖਾਧੇ ਸੀ ਵੀ ਹਾਂ ਜਾ ਕੇ ਮਿਹਨਤ ਤਾਂ ਕਰਨੀ ਪਊਗੀ, ਅਤੇ ਕੀਤੀ ਵੀ ਆ ਹੈ ਨਾ, ਅਤੇ ਸਾਰੇ ਕਰਦੇ ਆ, ਇਹ ਨਹੀਂ ਮੈਂ ਕੋਈ ਇਕੱਲਾ ਵੱਲਾ, ਕੋਈ ਇਕੱਲਾ ਅਨੋਖਾ ਹੀ ਹਾਂ ਵੀ ਜਿਹੜਾ ਇਕੱਲੇ ਇਕੱਲਾ ਮਿਹਨਤ ਕਰਦਾ, ਸਾਰੇ ਮਿਹਨਤ ਕਰਦੇ ਆ, ਠੀਕ ਆ ਜੀ। ਮੈਂ ਇੱਥੇ ਬੈਠਾ ਹਾਂ ਟਰੱਕ 'ਚ, ਹਜ਼ਾਰਾਂ ਦੇ ਹਿਸਾਬ ਨਾਲ, ਲੱਖਾਂ ਦੇ ਹਿਸਾਬ ਨਾਲ ਬੰਦੇ ਹੈ ਆਪਣੇ ਟਰੱਕਾਂ 'ਚ, ਕਿਤੇ ਕੋਈ ਲੋਡ ਕਰਵਾਉਣ ਦਿਆ ਹੋਊਗਾ, ਕੋਈ ਲੋਡ ਲਵਾਉਣ ਦਿਆ ਹੋਊਗਾ, ਕੋਈ ਚਲਾਉਣ ਦਿਆ ਹੋਊਗਾ, ਕੋਈ ਆਪਣੇ ਫੈਕਟਰੀ 'ਚ ਕੰਮ ਕਰਨ ਦਿਆ ਹੋਊਗਾ, ਕੋਈ ਸਕਿਉਰਟੀ ਸ਼ਿਫਟ ਲਾਉਣ ਦਊਗਾ, ਸਾਰੇ ਮਿਹਨਤ ਕਰਦੇ ਆ, ਠੀਕ ਆ। ਸੋ ਪਹਿਲਾਂ ਹੀ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਆਓ ਵੀ ਉੱਥੇ ਕਿਸੇ ਵੀ ਤਰ੍ਹਾਂ ਦੇ, ਕਿਸੇ ਵੀ ਤਰ੍ਹਾਂ ਦੇ ਹਾਲਾਤ ਤੁਹਾਨੂੰ ਮਿਲ ਸਕਦੇ ਆ, ਤੁਹਾਨੂੰ 12-12 ਘੰਟੇ ਕੰਮ ਕਰਨਾ ਪੈ ਸਕਦਾ, 16 ਘੰਟੇ ਕੰਮ ਕਰਨਾ ਪੈ ਸਕਦਾ, ਔਨ ਅਦਰ ਸਾਈਡ ਤੁਹਾਨੂੰ ਕੰਮ ਹੀ ਨਹੀਂ ਮਿਲ ਸਕਦਾ, ਜਿਹੜਾ ਵੀ ਤੁਹਾਨੂੰ ਕੰਮ ਹੀ ਨਾ ਮਿਲੇ 6-6 ਮਹੀਨੇ ਹੁੰਦੇ ਆ ਇੱਦਾਂ ਵੀ, ਠੀਕ ਆ। ਸੋ ਉਸ ਹਿਸਾਬ ਨਾਲ ਪ੍ਰਿਪੇਅਰ ਹੋ ਕੇ ਆਓ। ਦੂਸਰੀ ਗੱਲ ਵੀ ਇੱਥੇ ਆ ਕੇ ਨਾ ਸਿਸਟਮ ਆਪਾਂ ਨੂੰ ਕੁਛ ਚੀਜ਼ਾਂ ਅਲਾਓ ਕਰਦਾ ਵਾ ਹੈ ਨਾ, ਵੀ ਉਹ ਆਪਾਂ ਉਹ ਚੀਜ਼ਾਂ ਕਰੀਏ, ਪਰ ਜ਼ਰੂਰੀ ਨਹੀਂ ਵੀ ਆਪਾਂ ਉਹ ਚੀਜ਼ਾਂ ਕਰਨੀਆਂ ਹੀ ਕਰਨੀਆਂ, ਜਿਵੇਂ ਕਿ ਕਿਸ਼ਤਾਂ 'ਤੇ ਗੱਡੀ ਲੈਣੀ ਜਾਂ ਕਿਸ਼ਤਾਂ 'ਤੇ ਫੋਨ ਲੈਣਾ, ਠੀਕ ਆ। ਮੈਨੂੰ ਜਿਹੜਾ ਵੀ ਹੁਣ ਮਿਲਦਾ ਉਹਨੂੰ ਮੈਂ ਕਹਿੰਦਾ ਵੀ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ 2 ਗਲਤੀਆਂ ਸੀ ਕਿਸ਼ਤਾਂ 'ਤੇ ਗੱਡੀ ਲੈਣੀ, ਪਹਿਲਾਂ ਜਿਹੜੀ ਕੀਆ ਲਈ, ਉਸ ਤੋਂ ਬਾਅਦ ਸਿਵਿਕ ਲਈ ਹੈ ਨਾ, ਕਿਸ਼ਤਾਂ 'ਤੇ ਲੈ ਲਈਆਂ, ਠੀਕ ਆ। ਕਿਸ਼ਤਾਂ 'ਤੇ ਨਹੀਂ ਲੈਣੀ ਚਾਹੀਦੀ ਕਿਉਂਕਿ ਹਜੇ ਤੱਕ ਯਾਰ ਸਟੇਬਲ ਤਾਂ ਹੋਏ ਨਹੀਂ ਹੈ ਨਾ, ਹੁਣ ਚੱਲ ਟਰੱਕ ਚਲਾਉਣ ਲੱਗੇ ਆ, ਹੁਣ ਥੋੜ੍ਹਾ ਜਿਹਾ ਇਨਕਮ ਸਟੇਬਲ ਹੋਈ, ਵਰਕ ਪਰਮਿਟ 'ਤੇ ਆ ਗਏ, ਪਹਿਲਾਂ ਤਾਂ ਇਨਕਮ ਹੀ ਨਹੀਂ ਸਟੇਬਲ ਸੀ ਅਤੇ ਐਵੇਂ ਕਿਸ਼ਤਾਂ ਦਾ ਪੰਗਾ ਲੈ ਲਿਆ, ਠੀਕ ਆ। ਸੋ ਉਹ ਵੀ ਟੈਂਸ਼ਨ, ਭਾਵੇਂ ਗੱਡੀਆਂ ਕੋਈ ਬਾਹਲੀਆਂ ਵੱਡੀਆਂ ਨਹੀਂ ਲਈਆਂ, ਥੋੜ੍ਹੀ ਬਜਟ ਵਾਲੀਆਂ ਲਈਆਂ ਸੀ, ਪਰ ਫਿਰ ਵੀ ਉਹ ਦਿਮਾਗ 'ਤੇ ਬੋਝ ਰਹਿੰਦੀ ਸੀ, ਠੀਕ ਆ। ਅਤੇ 17-18 ਸਾਲ ਦੇ, 18-19 ਸਾਲ ਦੇ, 20 ਸਾਲ ਦੇ ਆਪਾਂ ਆ ਜਾਂਦੇ ਹਾਂ ਇੱਥੇ ਪਲੱਸ ਟੂ ਕਰਕੇ, ਪਤਾ ਆਪਾਂ ਨੂੰ ਇੰਨਾ ਕੁਛ ਹੁੰਦਾ ਨਹੀਂ, ਆਪਾਂ ਲੋਕਾਂ ਵੱਲ ਵੇਖ ਕੇ ਜਾਂ ਮਗਰ ਲੱਗ ਕੇ ਪੀਅਰ ਪ੍ਰੈਸ਼ਰ ਜਾ ਕੇ ਹੈ ਨਾ, ਯਾਰਾਂ ਦੋਸਤਾਂ ਦੇ ਦਬਾਅ ਜਾ ਕੇ ਆਪਾਂ ਗੱਡੀ ਚੱਕ ਲੈਂਦੇ ਹਾਂ ਮਹਿੰਗੀ, ਮੈਂ ਚੱਲ ਫਿਰ ਛੁੱਟੀਆਂ ਛੱਕੀਆਂ ਸੀ ਮੈਨੂੰ ਥਾਂ, ਉਹਨਾਂ ਦਾ ਦਿਮਾਗ 'ਤੇ ਆ ਗਿਆ ਵੀ ਯਾਰ ਐਵੇਂ ਲੈ ਲਈਆਂ, ਐਵੇਂ ਕਿਸ਼ਤਾਂ ਭਰੀ ਜਾਂਦੇ ਹਾਂ। ਮੈਨੂੰ ਤਾਂ ਉਹਨਾਂ ਦੀ ਹੈਰਾਨੀ ਹੁੰਦੀ, ਜਿਹੜੇ ਚੈਲੇਂਜਰ ਹੋ ਗਈ, ਚਾਰਜਰ ਹੋ ਗਈ, ਮਸਟੈਂਗ ਹੋ ਗਈ, ਜੀਪਾਂ ਹੈ ਨਾ, ਉਹ ਲੈਂਦੇ ਆ ਸਟੂਡੈਂਟ ਲਾਈਫ 'ਚ, ਵਰਕ ਪਰਮਿਟ 'ਤੇ ਆ ਗਏ ਮੈਨੇ ਸਟੂਡੈਂਟ ਲਾਈਫ 'ਚ, ਅਤੇ ਮੈਨੂੰ ਵੀ ਉਹਨਾਂ ਦੇ ਦਿਮਾਗ 'ਤੇ ਕਿੰਨਾ ਪ੍ਰੈਸ਼ਰ ਹੋਊਗਾ ਜਦੋਂ ਤੁਹਾਡਾ ਹੈ ਨਾ, ਵੀ ਤੁਹਾਡਾ ਇੱਕ ਵਾਰੀ ਫਾਈਨੈਂਸ਼ੀਅਲ ਵਿਗੜ ਗਿਆ ਨਾ, ਵੀ ਤੁਸੀਂ ਆਪਣੇ ਫਾਈਨੈਂਸ ਤੋਂ ਇੱਕ ਵਾਰੀ ਹਿੱਲ ਗਏ, ਤੁਹਾਡਾ ਬਜਟ ਹਿੱਲ ਗਿਆ ਸਾਰਾ, ਉਹ ਚੀਜ਼ ਆਟੋਮੈਟਿਕਲੀ ਤੁਹਾਡੇ ਦਿਮਾਗ 'ਤੇ ਪਊਗੀ, ਅਤੇ ਤੁਸੀਂ ਆਪਣਾ ਮੈਂਟਲੀ ਵੀ ਅਪਸੈਟ ਹੋਵੋਗੇ, ਤੁਸੀਂ ਆਟੋਮੈਟਿਕਲੀ ਤੁਸੀਂ ਡਿਪਰੈਸ਼ਨ ਵੱਲ ਜਾਂਦੇ ਜਾਓਗੇ, ਠੀਕ ਆ। ਸੋ ਹਮੇਸ਼ਾ ਆਪਣਾ ਫਾਈਨੈਂਸ਼ੀਅਲ ਸਟਰੋਂਗ ਰੱਖੋ, ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਵੀ ਹੈਗਾ ਵਾ, ਠੀਕ ਆ, ਉਹਨੂੰ ਕੋਸ਼ਿਸ਼ ਕਰੋ ਵੀ 30% ਤੋਂ ਵੱਧ ਨਾ ਵਰਤੋ, 1000 ਦੀ ਲਿਮਿਟ ਹੈ ਅਤੇ 300 ਵਰਤੋ, ਜੇ ਉਹ ਤੋਂ ਜ਼ਿਆਦਾ ਵਰਤਣਾ ਵਾ ਪਹਿਲਾਂ ਉਹ 300 ਉਤਾਰੋ, ਫਿਰ ਗਾਂਹ ਵਰਤੋ, ਠੀਕ ਆ। ਅਤੇ ਜ਼ਿਆਦਾ ਕ੍ਰੈਡਿਟ ਕਾਰਡ ਨਾ ਚੁੱਕੋ, ਕਿਉਂਕਿ ਆਪਾਂ ਫੀਸਾਂ ਫੂਸਾਂ ਉਤਾਰਨੀਆਂ ਹੁੰਦੀਆਂ, ਆਪਾਂ ਵਾਲਮਾਰਟ ਦਾ ਕ੍ਰੈਡਿਟ ਕਾਰਡ ਚੱਕ ਲੈਂਦੇ ਹਾਂ, ਕ੍ਰੈਡਿਟ ਕਾਰਡ ਦਾ ਕ੍ਰੈਡਿਟ ਕਾਰਡ ਚੱਕ ਲੈਂਦੇ ਹਾਂ, ਠੀਕ ਆ। ਸੋ ਕ੍ਰੈਡਿਟ ਕਾਰਡ ਚੱਕਣਾ ਇਜ਼ ਨੋਟ ਅ ਬੈਡ ਥਿੰਗ, ਬਟ ਉਦੋਂ ਲਓ ਜਦੋਂ ਤੁਹਾਨੂੰ ਪਤਾ ਵੀ ਤੁਸੀਂ ਉਹ ਚੀਜ਼ ਅਫੋਰਡ ਕਰ ਪਾ ਰਹੇ ਜੀ ਹੈ ਨਾ, ਵੀ ਤਾਂ ਹੀ ਤੁਹਾਡੇ ਦਿਮਾਗ 'ਤੇ ਕੋਈ ਪ੍ਰੈਸ਼ਰ ਨਹੀਂ ਹੋਊਗਾ ਕੱਲ੍ਹ ਨੂੰ ਵੀ ਹਾਂ ਕ੍ਰੈਡਿਟ ਕਾਰਡ ਦੀ ਪੇਮੈਂਟ ਜਾਣੀ ਹੈ, ਮੇਰੀ ਗੱਡੀ ਦੀ ਪੇਮੈਂਟ ਜਾਣੀ ਆ, ਠੀਕ ਆ। ਸੋ ਆਪਣਾ ਫਾਈਨੈਂਸ਼ੀਅਲ ਸਟੇਬਲ ਕਰਕੇ ਰੱਖੋ। ਇਹ ਚੀਜ਼ ਸਿੱਖਣ ਨੂੰ ਮੈਨੂੰ 2 ਸਾਲ ਲੱਗ ਗਏ ਆ, ਅਤੇ ਮੈਂ ਨਹੀਂ ਚਾਹੁੰਦਾ ਮੇਰਾ ਕੋਈ ਛੋਟਾ ਭੈਣ ਭਰਾ ਹੈ ਨਾ, ਜਿਹੜੇ ਮੈਨੂੰ ਵੇਖਦੇ ਆ, ਚਾਹੁੰਦੇ ਆ, ਉਹ ਇੱਥੇ ਆਉਣ ਅਤੇ ਉਹ ਪਹਿਲਾਂ ਮੇਰੇ ਵਾਂਗੂ 2 ਸਾਲ ਧੱਕੇ ਖਾਣ, 2 ਸਾਲ ਘਾਟੇ ਖਾਣ, ਫਿਰ ਜਾ ਕੇ ਉਹਨਾਂ ਨੂੰ ਅਗਲਾ ਆਵੇ, ਠੀਕ ਆ। ਸੋ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ, ਕਿਸੇ ਨੇ ਕੁਛ ਪੁੱਛਣਾ ਆ, ਕਿਸੇ ਨੇ ਕੋਈ ਸਲਾਹ ਲੈਣੀ ਆ, ਮੇਰੇ DM, ਠੀਕ ਆ, ਮੇਰੇ ਇੰਸਟਾ ਦੀ ਬਾਇਓ 'ਚ ਮੇਰਾ ਫੋਨ ਨੰਬਰ ਹੈਗਾ, ਹਮੇਸ਼ਾ ਸਾਰਿਆਂ ਲਈ 24/7 ਖੁੱਲ੍ਹਾ ਵਾ, ਜਦੋਂ ਮਰਜ਼ੀ ਕਾਲ ਕਰੋ, ਜੇ ਮੈਂ ਜਾਗਦਾ ਹੋਇਆ ਤਾਂ ਮੈਂ ਕਾਲ ਜ਼ਰੂਰ ਪਿੱਕ ਕਰੂੰਗਾ, ਠੀਕ ਆ, ਇੱਡਾ ਕੋਈ ਚੱਕਰ ਨਹੀਂ। ਤੀਸਰੇ ਨੰਬਰ 'ਤੇ ਗੱਲ ਆਉਂਦੀ ਆ ਵੀ ਡਿਪਰੈਸ਼ਨ ਦਾ ਮੇਨ ਕਾਰਨ ਕੀ ਆ ਯਾਰ, ਜਾਂ ਹੈ ਨਾ ਵੀ ਇਕੱਲੇ ਇਕੱਲੇ ਫੀਲ ਕਰਨ ਦਾ ਮੇਨ ਕਾਰਨ ਕੀ ਆ, ਆਪਾਂ ਕਿਸੇ ਨਾਲ ਗੱਲਾਂ ਸ਼ੇਅਰ ਨਹੀਂ ਕਰਦੇ, ਠੀਕ ਆ। ਆਪਾਂ ਇੰਡੀਆ ਤੋਂ ਇੱਥੇ ਆਏ ਹਾਂ, ਆਪਾਂ ਨੂੰ ਇੱਥੇ ਕੋਈ ਪ੍ਰੋਬਲਮ ਹੁੰਦੀ ਆ, ਆਪਾਂ ਆਪਣੇ ਘਰਦਿਆਂ ਨਾਲ, ਮੰਮੀ ਡੈਡੀ ਨਾਲ ਸ਼ੇਅਰ ਨਹੀਂ ਕਰਦੇ ਗੱਲ, ਆਪਣੇ ਗੱਲ ਆਪਣੇ ਮਨ 'ਚ ਇਹੋ ਗੱਲ ਆ ਜਾਂਦੀ ਆ ਵੀ ਯਾਰ ਉਹਨਾਂ ਪਹਿਲਾਂ ਲੋਨ ਚੱਕ ਕੇ ਭੇਜ
हाँ मैं ये नहीं कहता भी कल कल निकी निकी गल दसन लग जाओ भी हाँ अज मैं रोटी चाह खाधा तो मैं अज रोटी आ हो गई तो मेरे माड़ी जी सट लग गई या मैं गंढे कट्टन दिया हाँ तो मेरे चाकू बज गया माड़ा जहा है ना नोट निकिया निकिया गल् इन्हें तो बंदा मैनेज कर लेता पर फिर भी है ना भी जोड़ा जो दिन चो वा कुछ तुम कम से की होया कम कि अपनी डे टू डे लाइफ अपनी होर किसी नाल नहीं अपने मम्मी नाल ही शेयर कर लो पापा नाल शेयर कर लो या कोई एक यहोजा होवे यार दोस्त या भैन भरा भावें चाचे का मुंडा हो ताए का मुंडा हो मामे का मासी का जन निक्का भैन भरा वड्डा भैन भरा है ना कोई भी तेरा यार दोस्त जहाँ इतने हो जिन्हें तुम अपनी हर एक गल ही शेयर कर सको जिस तरह मैं अपनी मम्मी नाल है ना मैं अपनी मम्मी नाल हर एक गल शेयर करदा ठीक है मैनू भी कई मैनू कई यार कह देंगे भी तेनों नहीं गल दसनी तो मम्मी ने दस देगा सो आई एम लाइक ओके डैड ओके नहीं दसनी ना दसो है ना जे मैं मैं अपने घर हर एक मैं अपनी माता नाल अज तक हर एक गल शेयर की है क्योंकि मैनू हूँ कल जो कोई मेरा पंगा पैंता वा है ना जे कोई कितने मैं गलती करदा तो मेरे घर पता हो हाँ इन्हें गलती की ही ठीक आ भावें मैं इतने चल गल करने वाली नहीं हैगी पर फिर भी दसदा जिस तरह मैं स्कूल टाइम से ना नौवीं दसवीं के अपने स्कूल के सी सी टी वी कैमरे तोड़े ही ठीक है सो हूँ सोच के हास आता भी यार कहोजे काम करते होंगे हाँ उदो कैमरे तोड़ के ना बड़ी बहादरी जी आई भी हाँ तकड़ा काम करता वो भी मैं घर दसदा सी मुड़ के भावें मैं गाला भी पाइं करद तो घरद बड़ा झिड़किया मैं पर भी अपनी मम्मी दसता से भी मैं कैमरे तोड़े स्कूले तो इदा दिन गलत भी हम अपनी हर एक गल शेयर करो ठीक है जो तुम लगता है भी तुम किसी ने नहीं शेयर कर सकते तो फिर भी कोई सलाह सलूह की लड़ आ कोई मुश्किल आ है ना तो मैं फिर उही गल कहना मेरे DM तो मेरा फोन नंबर हमेशा थोड़ी हेल्प लिए खुला वा जो मर्जी मैंने कॉन्टैक्ट कर सकते जो फोन नंबर मेरा इंस्टा की बायो हैगा वा ठीक है सो ये तीन चार गल् वा है ना भी जो भी तुम कैनेडा ज किसी भी बहरली कंट्री आना वा वो चीज़ों हमेशा दिमाग च रख के चलो भी उत्थे किसी भी तरह के हालात हो सकते हैं ठीक है जरूरी नहीं कि तुहानू इत्थे हर एक चीज़ सच्ची सच्चाई मिल जूगी ठीक है मैं बहुत लक्की मानता अपने आप को मैं 3 साल तो उपर हो गया तो मैं अज तक रोटी पकाने की लड़ नहीं पी मैं पक्की पकाई मिली जाती है सो मैं बहुत लक्की मानता मैं धन्यवाद करता उन्होंने जो मेरे नाल रहिंदे आ शुरू तो जिहड़े भी मेरे नाल रहे आ जो वीडियो वेख रहे भी धन्यवाद तुहाडा तुम मैं बैठे में रोटियां गवाइया ठीक है क्योंकि मैं हूँ भी मैं कोई टेंशन नहीं मैं घर जाऊँगा मर जाने मेरी रोटी पक्की होगी सो इदा हर एक किस्मत नहीं होंगी ठीक है तू इतें रोटी भी आपकी आप पकानी पेगी आपका कमरा भी आप साफ करना पेगा आपके कपड़े भी आप धोने पैणगे कपड़े जोड़ने सफाइया करनिया ठीक है अपने आप को मैनेज करना सीख के आओ क्योंकि इन्हों निक्कियां निक्कियां गल्लां तो तू अपना गिलास नहीं मांझा तू अपने कमरे झाड़ू नहीं लाया तू आपकी चादर खिलरी आ तू आपके कपड़े नहीं ड्रायर चो कटे है ना तो मशीन चो कटे इन निक्कियां निक्कियां गल्लां तो जिथे भी तुम रेंदे जो अपने यार दोस्तों में उत्थे गल्लां वधन लग जांदियां वो निक्की निक्की गल वधदी वधदी कोई इहोजी गल दा रूप ले लैंदी आ भी वो गल तुहाडे दिमाग ते आ ही जांदी आ सो हमेशा इस हिसाब ना चलो कि तुम किसी को कुछ तुम कोई बोलन का मौका ना मिले किसी ने होना भी तुम कोई बोल ना सके हमेशा सही तरीके चलो तो अपने घरद्याद का अपने माँ प्यो का अपने दादे दादी का है ना अपने बड़िया का सोच के चलो भी एक सिंपल चल यार है ना सारी गलों की एक गल मैं तुम दस दिना जो मैं फंडा अपने नाम अपना वा तुम कोई भी कम कर चले जाना तुम कोई भी कम कर लगे जे तुम वो कम का सोच लो कि हाँ जे ये काम है ना ये गल मैं अपने मम्मी नू जां डैडी नू दसूँगा ठीक है भी वो की रिएक्ट करनगे वो की कहणगे भी हाँ पुत काम सही आ कर ला जां पुत काम गलत ना कर ठीक है जिहड़े तुहाडे दिमाग च ग्रीन सिग्नल आउंदा वा भी हाँ जे ये काम मैं अपने मम्मी डैडी दे सामने करदा तो उन्हां कहणा भी हाँ वैरी गुड खिच के रख वो काम जरूर करो जे तुहाडे दिमाग च कोई इहोजी गल आउंदी भी जिहड़ी तुहानू तुहाडे घरद्यां तों लुकाउणी पै जे वो गल गलत आ ते उन्हां गल्लां तों दूर रहो मैं ते इहो एक चीज़ लैके चलदा हुंदा ठीक है सारिया 100 गल्लां दी गल जिहड़ी गल तुसीं अपने घरद्यां नाल शेयर कर सको वह गल सही जे जिहड़ी गल तुसीं अपने घरद्यां नाल शेयर नहीं कर सकते वह गल गलत जे तो इसे फंडे नाल मैं अपनी लाइफ जीना वा तो जे तुहानू ये सही लगता तो तुसीं भी ये चीज़ ने जरूर ट्राई करके देखियो जिंदगी दे डिसीजन लैने बड़े सौखे हो जाते जी बड़े सौखे मैं हमेशा डिसीजन इस तरह लेता भी हाँ ये गल जब मम्मी ने दसो मम्मी के घर के खुश होंगे कि नहीं होने हाँ खुश हो ये काम करना चाहिए ये करते हैं ये काम ना मेरे घरदे एग्री नहीं होने सो कि काम नहीं करना चाहिए डिसीजन तो ऐ ले जाते फिर ऐ ठीक है सो इन गलत करते उम्मीद करा तुम अज का ब्लॉग वजिए लगेगा मैं बनाने ट्रक वाला ब्लॉग दिया ठीक है पर
ਮੇਰੇ ਉੱਥੇ ਵਿਨੀਪੈਗ ਤੋਂ ਆਉਂਦਿਆਂ ਆਉਂਦੇ ਮੈਨੂੰ ਇਸ ਤਰ੍ਹਾਂ ਦੇ ਮੈਸੇਜ ਮੂਸੇਜ ਆ ਕੇ ਇਸ ਤਰ੍ਹਾਂ ਦੀ ਇੱਕ ਦੋ ਫੋਨ ਕਾਲ ਆ ਗਈਆਂ ਮੈਨੂੰ ਇਸ ਤਰ੍ਹਾਂ ਦੀ ਗੱਲਾਂ ਕਰਨੀਆਂ ਪੈ ਗਈਆਂ ਸੋ ਗੱਲਾਂ ਕਰਦੇ ਕਰਦੇ ਆਪਣਾ ਟਰੱਕ ਵੀ ਲੋਡ ਹੋ ਗਿਆ ਹੋ ਗਈ ਹਰੀ ਬੱਤੀ ਸੋ ਹੁਣ ਮੈਂ ਦਿੰਦਾ ਤੁਹਾਨੂੰ ਇਜਾਜ਼ਤ ਅੱਜ ਦਾ ਵਲੋਗ ਇੱਥੇ ਹੀ ਆ ਠੀਕ ਆ ਕੀਤਾ ਤਾਂ ਸ਼ੁਰੂ ਟਰੱਕ ਵਲੋਗ ਸੀ ਪਰ ਐਂਡ 'ਤੇ ਫਿਰ ਇਹ ਤੋਂ ਗੱਲਾਂ ਹੋ ਗਈਆਂ ਚਲੋ ਇਹ ਵੀ ਗੱਲਾਂ ਜ਼ਰੂਰੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ ਕਦੀ ਕਦੀ ਅਤੇ ਉਮੀਦ ਕਰਦਾ ਤੁਹਾਨੂੰ ਅੱਜ ਦੀ ਵਲੋਗ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਅਤੇ ਜੇ ਕਿਸੇ ਨੇ ਵੀ ਕੋਈ ਸਲਾਹ ਲੈਣੀ ਆ ਕੋਈ ਆਪਣੀ ਗੱਲਬਾਤ ਸ਼ੇਅਰ ਕਰਨੀ ਆ ਕੁਝ ਵੀ ਪੁੱਛਣਾ ਵਾ ਕਮੈਂਟ ਇੰਸਟਾਗ੍ਰਾਮ 'ਤੇ DM ਜਾਂ ਮੇਰੀ ਇੰਸਟਾਗ੍ਰਾਮ 'ਚ ਬਾਇਓ 'ਚ ਮੇਰਾ ਫੋਨ ਨੰਬਰ ਵੀ ਹੈਗਾ ਮੈਨੂੰ ਭਾਵੇਂ ਡਾਇਰੈਕਟ ਵਟਸਐਪ 'ਤੇ ਕਾਲ ਲਾ ਲਿਓ ਜੇ ਮੈਂ ਜਾਗਦਾ ਹੋਊਂਗਾ ਤਾਂ ਮੈਂ ਜ਼ਰੂਰ ਚੱਕ ਲਊਂਗਾ ਕੋਈ ਚੱਕਰ ਵਾਲੀ ਗੱਲ ਨਹੀਂ ਅਤੇ ਕਰਦੇ ਹਾਂ ਪੰਜ ਦੀ ਵੀਡੀਓ ਦਾ ਇੱਥੇ ਐਂਡ ਮਿਲਦੇ ਹਾਂ ਫਿਰ ਇਸ ਤਰ੍ਹਾਂ ਹੀ ਕਿਸੇ ਇਨਫੋਰਮੇਸ਼ਨ ਵੀਡੀਓ 'ਚ ਜਾਂ ਟਰੱਕਾਂ ਵਾਲੇ ਵਲੋਗ 'ਚ ਜਾਂ ਹੋਰ ਕਿਸੇ ਵਲੋਗ ਦੇ ਵਿੱਚ ਤੁਹਾਨੂੰ ਫਿਰ ਨਾਲੇ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ।